भारत देश विच चल रहे किसानी अंदोलन के मद्देनज़र हर कोई अपने अपने तरीके दे नाल किसानों का समर्थन कर रहा है। बीजेपी सरकार द्वारा लियांदे गए खेती संबंधी काले कानूनों की उलंघना जां कह लो कि उन्हां प्रति जिहड़ा समर्थन आ उह नहीं दे रहा है। अज साडे नाल मौजूद ने एक अजिही खास शख्सियत जिन्होंने कि एक नवे ही ढंग दे नाल किसानों का समर्थन करन दी जिहड़ी एक शुरुआत एक पहल कीती है उन्हां कोलों ही जाणदे हाँ कि उन्हां दा इह समर्थन करन दा नायाब तरीका उन्होंने किवें सूझिया उन्होंने किवें चीज़ की पहल की। हाँ जी सर सत श्री अकाल। मैम सत श्री अकाल जी। इस मंच तो देखने वाले सारे स्रोतियां दर्शकों नूं मेरे वालों प्यार भरी सत श्री अकाल जी। जदों टीवी के माध्यम तो या सोशल मीडिया चैनल्स तो पता लगा कि साढ़े जो अन्नदाता एक किसान है उन्होंने सड़कों पर रुलना पै रहा है बार्डर पर बैठना पै रहा है अपने हकों की लड़ाई के लिए वो इतों तक जा रहे हैं कि सारे सारे परिवार भी लोगों के एक बॉर्डर से सड़कों के रातां कट रहे हैं तो मन बहुत उदास होया बहुत दुखी होया कि असी किस सिचुएशन के पहुँच गए हाँ कि जो सानू अन्न दिता है जो सानू खाण पीन का एक पदार्थ पैदा करता है वह बंदे ਸਾਡੇ ਆਪਣੇ ਹੱਕਾਂ ਦੇ ਲਈ ਲੜਨਾ ਪੈ ਰਿਹਾ ਹੈ। ਇਸ ਕਰਕੇ ਅਸੀਂ ਇਹ ਇੱਕ ਨਵਾਂ ਸਾਡੇ ਵੱਲੋਂ ਤੋਹਫ਼ਾ ਕਹਿ ਲਓ ਜਾਂ ਸਾਡੇ ਵੱਲੋਂ ਇੱਕ ਉਹਨਾਂ ਦੇ ਲਈ ਇੱਕ ਸਾਡੇ ਵੱਲੋਂ ਇੱਕ ਇਹੋ ਜਿਹੀ ਚੀਜ਼ ਸਮਝ ਲਓ ਕਿ ਅਸੀਂ ਉਹਨਾਂ ਦਾ ਜੋ ਕੀਤਾ ਹੋਇਆ ਅਦਾ ਨਹੀਂ ਕਰ ਸਕਦੇ ਲੇਕਿਨ ਅਸੀਂ ਜੋ ਆਪਣੇ ਵੱਲੋਂ ਕਰ ਸਕਦੇ ਹਾਂ ਉਹ ਅਸੀਂ ਇਹ ਕੀਤਾ ਹੈ ਕਿ ਆਇਲਸ ਅਤੇ ਵੀਜ਼ਾ ਪ੍ਰੋਸੈਸਿੰਗ ਫੀਸ ਕਿਸਾਨਾਂ ਦੇ ਬੱਚਿਆਂ ਨੂੰ ਟੋਟਲੀ ਫ੍ਰੀ ਕਰਨ ਜਾ ਰਹੇ ਹਾਂ। ਨਾ ਹੀ ਅਸੀਂ ਆਇਲਸ ਦੀ ਫੀਸ ਲਵਾਂਗੇ ਅਤੇ ਨਾ ਹੀ ਕਿਸੇ ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਦੀ ਜੋ ਸਾਡੀ ਕੰਪਨੀ ਦੀ ਪ੍ਰੋਸੈਸਿੰਗ ਫੀਸ ਹੈ ਉਹ ਵੀ ਨਹੀਂ ਚਾਰਜ ਕੀਤੀ ਜਾਏਗੀ ਨਾ ਹੀ ਵੀਜ਼ਾ ਲੱਗਣ ਤੋਂ ਪਹਿਲਾਂ ਅਤੇ ਨਾ ਹੀ ਵੀਜ਼ਾ ਲੱਗਣ ਤੋਂ ਬਾਅਦ। ਸਰ ਤੁਹਾਡੇ ਮਨ ਵਿੱਚ ਇਹ ਵਿਚਾਰ ਕਿਵੇਂ ਆਇਆ ਕਿ ਇਸ ਹੀ ਜ਼ਰੀਏ ਜਿਹੜੀ ਕਿਸਾਨਾਂ ਦੀ ਆ ਉਹ ਸਪੋਰਟ ਕੀਤੀ ਜਾ ਸਕਦੀ ਆ? ਤੁਹਾਡੀ ਜਿਹੜੀ ਇਮੀਗ੍ਰੇਸ਼ਨ ਆਫਿਸ ਹੈ ਕੰਪਨੀ ਹੈ ਇਹਦਾ ਕੀ ਮਕਸਦ ਹੈ ਇਹਨੂੰ ਕੌਣ ਚਲਾ ਰਿਹਾ ਹੈ ਉਹਦੇ ਬਾਰੇ ਥੋੜ੍ਹੀ ਸਾਨੂੰ ਜਾਣਕਾਰੀ ਦਿਓ। ਮੇਰਾ ਨਾਮ ਹਰਸੌਰਵ ਸਿੰਘ ਬਜਾਜ ਆ। ਮੇਰੀ ਕੰਪਨੀ IES ਇੰਟਰਨੈਸ਼ਨਲ ਐਜੂਕੇਸ਼ਨ ਸਰਵਿਸਿਜ਼ ਜੋ ਮਾਡਲ ਟਾਊਨ ਜਲੰਧਰ ਦੇ ਵਿੱਚ ਆ। ਅਸੀਂ ਸੋਚ ਰਹੇ ਸੀ ਕਿ ਕਿਵੇਂ ਕਿਸਾਨਾਂ ਦੀ ਮਦਦ ਕੀਤੀ ਜਾਵੇ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰ ਇੱਕ ਬੱਚਾ ਹਰ ਇੱਕ ਪਰਿਵਾਰ ਭਾਰਤ ਨੂੰ ਛੱਡ ਕੇ ਵਿਦੇਸ਼ ਦੇ ਵਿੱਚ ਵਿਦੇਸ਼ ਵੱਲ ਰੁੱਖ ਕਰ ਰਿਹਾ ਹੈ ਚਾਹੇ ਕੈਨੇਡਾ ਜਾਣਾ ਚਾਹੇ ਚਾਹੇ ਆਸਟ੍ਰੇਲੀਆ ਜਾਣਾ ਚਾਹੇ। ਅਸੀਂ ਉਹਨਾਂ ਦਾ ਸਫ਼ਰ ਕਿਵੇਂ ਸੁਖਾਲਾ ਬਣਾ ਸਕਦੇ ਹਾਂ ਕਿਵੇਂ ਉਹਨਾਂ ਨੂੰ ਇਸ ਪੈਸੇ ਦੇ ਜੋ ਉਹਨਾਂ ਦੇ ਇੱਕ ਨਜਾਇਜ਼ ਬੋਝ ਕੰਪਨੀਆਂ ਵੱਲੋਂ ਪਾਉਂਦੇ ਆ ਉਹਨੂੰ ਕਿਵੇਂ ਉਹਨਾਂ ਦੀ ਅਸੀਂ ਮਦਦ ਕਰ ਸਕਦੇ ਹਾਂ। ਇਹ ਅਸੀਂ ਇੱਕ ਸੁਚੱਜਾ ਢੰਗ ਆਪਣੇ ਵੱਲੋਂ ਖੋਜਿਆ ਹੈ ਕਿ ਜਿਹਦੇ ਵਿੱਚ ਇਸ ਸਮਰਥਨ ਦਾ ਵੀ ਅਸੀਂ ਇੱਕ ਜੋ ਕਿਸਾਨ ਇਸ ਅੰਦੋਲਨ ਦੇ ਵਿੱਚ ਉਹਨਾਂ ਦੀ ਸਪੋਰਟ ਵੀ ਕਰ ਸਕਦੇ ਹਾਂ ਅਤੇ ਨਾਲ ਉਹਨਾਂ ਦੇ ਬੱਚਿਆਂ ਦਾ ਇੱਕ ਚੰਗਾ ਭਵਿੱਖ ਵੀ ਉਹਨਾਂ ਦੇ ਲਈ ਅਸੀਂ ਉਜਾਗਰ ਕਰਵਾ ਸਕਦੇ ਹਾਂ। ਸਰ ਪਹਿਲਾਂ ਇੱਕ ਬੱਚੇ ਦੇ ਟੋਟਲ ਮਿਲਾ ਕੇ ਆਈਲੈਟਸ ਤੋਂ ਲੈ ਕੇ ਵੀਜ਼ਾ ਲੱਗਣ ਦਾ ਕਿੰਨਾ ਖਰਚਾ ਇਹਦਾ ਅਤੇ ਹੁਣ ਕਿੰਨਾ ਬਚਾਅ ਹੋ ਰਿਹਾ ਆ? ਦੇਖੋ ਆਇਲਸ ਦਾ ਜਾਂ ਵੀਜ਼ਾ ਦੀ ਆਪਾਂ ਫੀਸ ਕਹੀਏ ਹਰ ਕੰਪਨੀ ਆਪਣੀ ਚਾਰਜ ਕਰ ਰਹੀ ਹੈ। ਸਾਡੀ ਆਇਲਸ ਦੀ ਇੱਕ ਮਹੀਨੇ ਦੀ 8,000 ਫੀਸ ਹੈ ਅਤੇ ਪ੍ਰੋਸੈਸਿੰਗ ਫੀਸ ਅਸੀਂ 20,000 ਪਹਿਲਾਂ ਅਤੇ 20,000 ਬਾਅਦ 40,000 ਅਸੀਂ ਆਪਣੀ ਪ੍ਰੋਸੈਸਿੰਗ ਫੀਸ ਲੈਂਦੇ ਸੀ। ਹੁਣ ਅਗਰ ਆਪਾਂ ਇਸ ਤਰੀਕੇ ਨਾਲ ਕੈਲਕੂਲੇਸ਼ਨ ਕਰੀਏ ਤਾਂ ਤਕਰੀਬਨ 50-55,000 ਬੱਚੇ ਦਾ ਇੱਕ ਦਾ ਬਚਾਅ ਹੋ ਰਿਹਾ ਜੇਕਰ ਉਹ ਆਇਲਸ ਇੱਕ ਮਹੀਨੇ 'ਚ ਕਵਰ ਕਰ ਰਿਹਾ। ਜੇ ਉਹ ਲੰਬਾ ਸਮਾਂ ਲੈ ਰਿਹਾ ਜਾਂ ਉਹਨੇ ਉਸ ਹਿਸਾਬ ਨਾਲ ਤੁਸੀਂ ਮਲਟੀਪਲਾਈ ਕਰਦੇ ਚੱਲੋ ਕਿ ਕਿੰਨਾ ਇੱਕ ਬੱਚੇ ਦਾ ਬਚਾਅ ਹੋ ਰਿਹਾ ਹੈ। ਇਹਦੇ ਵਿੱਚ ਸਾਡੀ ਜੋ ਸਾਡੇ ਵੱਲੋਂ ਤੁਹਾਨੂੰ ਟੀਚਿੰਗ ਪ੍ਰੋਵਾਈਡ ਕੀਤੀ ਜਾਏਗੀ ਆਇਲਸ ਦੀ ਕੋਚਿੰਗ ਪ੍ਰੋਵਾਈਡ ਕੀਤੀ ਜਾਵੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਗਰ ਫ੍ਰੀ ਦੇ ਰਿਹਾ ਤਾਂ ਇਹ ਨਹੀਂ ਹੈਗਾ ਕਿ ਬੱਚੇ ਨੂੰ ਪੜ੍ਹਾਇਆ ਚੰਗੇ ਢੰਗ ਨਾਲ ਨਹੀਂ ਜਾਏਗਾ। ਜੋ ਇੱਕ ਪੇਡ ਕਰਕੇ ਪੇ ਕਰਕੇ ਬੱਚਾ ਪੜ੍ਹ ਰਿਹਾ ਉਸੇ ਤਰ੍ਹਾਂ ਹੀ ਉਸੇ ਬੈਚ ਵਿੱਚ ਬਹਿ ਕੇ ਤੁਸੀਂ ਪੜ੍ਹੋਗੇ। ਚਾਹੇ ਅਗਰ ਤੁਸੀਂ ਔਨਲਾਈਨ ਪੜ੍ਹਨਾ ਚਾਹੁੰਦੇ ਹੋ ਤਾਂ ਔਨਲਾਈਨ ਵੀ ਪੜ੍ਹ ਸਕਦੇ ਹੋ, ਸਾਡੇ ਕੋਲ ਇੱਥੇ ਆ ਕੇ ਔਫਲਾਈਨ ਪੜ੍ਹਨਾ ਚਾਹੁੰਦੇ ਹੋ ਔਫਲਾਈਨ ਵੀ ਪੜ੍ਹ ਸਕਦੇ ਹੋ। ਪਰ ਕੋਵਿਡ-19 ਜਿਵੇਂ ਕਿ ਪੈਂਡੇਮਿਕ ਸਿਚੁਏਸ਼ਨ ਚੱਲ ਰਹੀ ਹੈ ਇਹਦੀਆਂ ਸ਼ਰਤਾਂ ਨੂੰ ਫੋਲੋ ਕਰਦੇ ਹੋਏ ਆਪਣੇ ਸੇਫਟੀ ਪ੍ਰੀਕੋਸ਼ਨਸ ਲੈਂਦੇ ਹੋਏ 2 ਗਜ਼ ਦੀ ਦੂਰੀ ਬਣਾ ਕੇ ਹੀ ਤੁਹਾਡੀਆਂ ਸਾਡੀਆਂ ਜੋ ਕਲਾਸਿਸ ਹੈ ਉਹ ਚੱਲ ਰਹੀਆਂ ਨੇ। ਅਸੀਂ ਬਹੁਤ ਲਿਮਿਟਡ 7-8 ਬੱਚਿਆਂ ਦਾ ਬੈਚ ਰੱਖ ਕੇ ਕਰਾ ਰਹੇ ਹਾਂ ਇੱਕ ਬੈਚ ਦੇ ਵਿੱਚ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜੋ ਵੀ ਕੋਈ ਬਿਮਾਰੀ ਹੈ ਨਾ ਵੱਧ ਅੱਗੇ ਸਾਡੇ ਵੱਲੋਂ ਫੈਲ ਸਕੇ। ਕੀ ਇਹ ਸਿਰਫ ਕਿਸਾਨਾਂ ਦੇ ਬੱਚਿਆਂ ਲਈ ਹੀ ਹਨ ਜਾਂ ਫਿਰ ਕਈ ਹੋਰ ਵੀ ਬੱਚੇ ਅਜਿਹੇ ਹਨ ਜਿਹੜੇ ਕਿ ਕਰੋਨਾ ਕਿਉਂਕਿ ਚੱਲ ਰਿਹਾ ਆਪਾਂ ਸਾਰਿਆਂ ਨੂੰ ਪਤਾ ਹੈ ਸਾਰੇ ਹੀ ਵਰਲਡ ਦੇ ਵਿੱਚ ਇਸ ਟਾਈਮ ਭਾਰੀ ਪਈ ਹੋਈ ਹੈ ਕਿ ਹੋਰ ਵੀ ਜਾਂ ਜਿਹੜੇ ਬੱਚੇ ਜਿਹੜੇ ਚਾਹਵਾਨ ਨੇ ਆਈਲੈਟਸ ਕਰਨ ਦੇ ਆ ਬਾਹਰ ਜਾਣ ਦੇ ਉਹਨਾਂ ਲਈ ਵੀ ਕੁਛ ਇਹਦੇ ਵਿੱਚ ਹੈਗਾ ਆਪਣੇ ਕੋਲ ਪੈਕੇਜ ਜਾਂ ਫਿਰ ਉਹਨਾਂ ਲਈ ਓਨੀ ਹੀ ਫੀਸ ਆ? ਦੇਖੋ ਇਹ ਸਮਝ ਲਓ ਕਿ ਮੇਨ ਜੋ ਇੱਕ ਤਰ੍ਹਾਂ ਦਾ ਸਾਡੇ ਵੱਲੋਂ ਚਲਾਇਆ ਗਿਆ ਉਹ ਤਾਂ ਕਿਸਾਨਾਂ ਲਈ ਹੈ, ਲੇਕਿਨ ਅਗਰ ਕੋਈ ਵੀ ਬੱਚਾ ਕਰਨਾ ਚਾਹੁੰਦਾ ਵਾ ਤਾਂ ਉਹਨੂੰ ਵੀ ਬੈਸਟ ਟੂ ਬੈਸਟ ਡਿਸਕਾਊਂਟ ਜਾਂ ਬੈਸਟ ਟੂ ਬੈਸਟ ਅਸੀਂ ਸਾਡੇ ਵੱਲੋਂ ਔਫਰ ਦਿੱਤੀ ਜਾਵੇਗੀ। ਲੇਕਿਨ ਜੋ ਫ੍ਰੀ ਵਾਲਾ ਵਾ ਉਹ ਸਿਰਫ ਕਿਸਾਨਾਂ ਦੇ ਬੱਚਿਆਂ ਦੇ ਲਈ ਹੀ ਆ ਫਿਲਹਾਲ। ਸਰ ਪਤਾ ਕਿਵੇਂ ਚੱਲਦਾ ਕਿ ਜੋ ਬੱਚਾ ਸਟੂਡੈਂਟ ਇੱਥੇ ਆ ਰਿਹਾ ਆਈਲੈਟਸ ਕਰਨ ਉਹ ਕਿਸਾਨ ਦਾ ਹੀ ਬੱਚਾ, ਇਹਦੇ ਲਈ ਕੋਈ ਸਪੈਸ਼ਲ ਪ੍ਰੋਸੀਜਰ ਹੈ?
देखो किसान जिमीदारां दे बच्चियां नूं जां किसानां नूं जो फसल काश्त करदे ने उहनां नूं जे फार्म मिलदा है। जे फार्म एक इहो जी आइडेंटिटी दा प्रूफ है जो दस दर्शांदा है कि ये जिमीदार है जां एक किसान परिवार नूं बिलोंग करदा है, फसल काश्त करदे ने। ते उस तो ही सानूं पता लग सकेगा कि जे असीं जो भी किसानां दे समर्थन दे लई असीं जे लैके आए हां ते एक किसान तक ही ये चीज़ पहुँच रही है। तो सर तुसी जिहड़ा नवा एक किसानां नूं समर्थन करन दा बीड़ा चक्या होया है ये कदों तक जारी रहेगा कि जेकर किसान अपने मंगां नूं मनवाउण विच सफल हो जाते हैं कि जिहड़े बच्चों ने फिर एडमिशन लई होएगी दो या तीन मंथ जिन्ने भी समय दा आइलेट्स कोर्स होएगा कि वह चलता रहेगा जां फिर तुसी इहनूं चीज़ नूं बंद कर दोगे उत्थे ही। देखो ये जिहड़ा साडा ये हक्कां दी लड़ाई दे लई ही असीं लैके आए हाँ। जद तक किसानां दीआं मंगां नहीं पूरियां होंदियां, जद तक कानून भंग नहीं होंदे ते जद तक बिल रद्द नहीं होंदे तद तक ये इदां ही चलदी रहेगी। जिथों तक एक चलदे समय के दौरान अगर ये चीज़ हो जाती है कि बच्चा कोई एनरोल होया होया साडे कोल ते उस दौरान जो साडी मंग सीगी किसानां दी जो मंगां पूरियां हो जांदियां उस केस दे विच भी बच्चे कोल उस टाइम कोई एक्सट्रा चार्जिस नहीं लिते जाणगे। जिवें उह चलदा आ रहा उस तरह ही चलदा रहेगा। सर की अपील करना चाहोगे एसी फील्ड ना संबंधित जिहड़े होर इमीग्रेशन ऑफिस ने जां जिहड़े होर आइलेट्स करा रहे उन्हां नूं की अपील करना चाहोगे? देखो जो एक किसानी परिवार है या जिमीदार परिवार है वह साडा एक मेन जिन्हों तो असी साडा घर चलता है, अगर असी अज भी उन्होंने नाल नहीं खलोते तो साडे उपर मतलब अगर लानता कहीए तो बहुत छोटी गल होगी। सो ये साडे को एक राइट समा वा अगर आप जिस परिवार तो खाने हैं या जिस समाज तो सानू साडा पालनहार अगर असी उहदे लई अज भी नहीं खलोते तो साडे लई मतलब समझ लो कि बहुत ही शर्मनाक गल होएगी। तो इस करके मेरे जिन्हें भी इंडस्ट्री के मेरे साथी ने या मेरे इमीग्रेशन कंपनीज ने उन्होंने यही है कि अगर तुम कुछ भी नहीं करना चाहते तो घट्टो घट किसानों के बच्चों के लिए कुछ अजिहा यहो जहा करो कि जिन्हें उन्होंने मोनीटरी फाइनैशियल प्रैशर ना पवे तो जो उन्हों का एक चंगा भविख बन सके। सो ये सन साढ़े नाल IES इंस्टीट्यूट के मालिक जिन्होंने कहा है कि उन्हों का अन्नदाता सपोर्ट कर एक अलग ही तरीका एक अलग ही पहल है ताकि जेड़े किसान लंबे समय तो आप देखते हैं कि किसान खुदकुशियां करते हैं इन्ना संघर्ष उन्होंने लाइफ होंदा है हुण सरकार ने उन्होंने भारी पाती है काले कानून लिया के खेती नाल संबंधित। सो इन वालों किया गया है उपराला ये पहल बहुत ही शलाघाजोग है अते असीं चाहते हाँ कि साढ़े चैनल के माध्यम राही ये जानकारी सारे ही बच्चों तक पहुँचे, इसलिए तुसी इस इंटरव्यू नूं वध तो वध शेयर करो ताकि इन्हां दा उपराला पूरी दुनिया भर तक जावे अते जो बच्चे जरूरतमंद हैं किसानों के वो इस फायदा लाभ लै सकन। तुसी देखते रहो एकता TV सीमा कलेर के नाल जसविंदर मल की स्पैशल रिपोर्ट। देख रहे हो एकता TV।